ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਮੇਰੇ ਕੋਲ ਬਿਹਤਰ ਸਾਥ ਹੈ। ਜਿਹੜੇ ਆਪਾਂ ਵੀਡੀਓ ਲੱਗ ਰਹੇ ਹਾਂ ਪਟਿਆਲਾ ਸ਼ਹੀ ਪੱਗ ਜੀ ਲੈਣ ਸਾਢੇ 7 ਮੀਟਰ 'ਤੇ ਜਿਹੜਾ ਕੱਪੜਾ ਉਹ ਫਲ ਫਲ ਵਰਤਿਆ, ਜਿਹੜਾ ਆਪਾਂ ਪਟਿਆਲਾ ਲਾਉਣਾ ਸਾਡੇ ਸੈਂਟਰ 'ਚ ਲਿਆ ਕੇ ਲੜਨ ਨੂੰ ਇੱਕ ਵਾਰ ਫੋਲਡ ਕਰ ਲੈਣਾ, ਲੜਨ ਨੂੰ ਮੋਟਾ ਕਰਕੇ ਚੰਗੀ ਤਰ੍ਹਾਂ ਜਿਸ ਵਿੱਚ ਕੋਈ ਡੋਂਗਣਾ ਪਵੇ ਇੱਕ ਵਾਰ ਫੇਰ ਲੜਨ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ ਕਰਨਾ ਹੈ ਅਤੇ ਜਿੱਥੇ ਕਿਤੇ ਗੱਠ ਲੜ ਵਿੱਚ ਗੱਠ ਪੈਂਦੀ ਹੈ ਤਾਂ ਆਪਾਂ ਉਹ ਜਿਹੜੀ ਆਪਣੀ ਪੂਣੀ ਉਹ ਸੜਕਾ ਲੈਣੀਆਂ ਅਤੇ ਜਿਹੜਾ ਆਪਾਂ ਲੜ ਨੂੰ ਇੱਕ ਵਾਰ ਫੋਲਡ ਕਰਨਾ ਸੈਂਟਰ ਸੈਂਟਰ ਜਿਹੜਾ ਆਪਾਂ ਲੜ ਲਿਆਉਣਾ ਅਤੇ ਲੜ ਨੂੰ ਜਿਹੜੇ ਦੋ ਹੀ ਪੱਲੇ ਹੁੰਦੇ ਆ ਉਹਨਾਂ ਨੂੰ ਆਪਾਂ ਬਰਾਬਰ ਰੱਖ ਲੈਣਾ, ਬਰਾਬਰ ਰੱਖ ਕੇ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰ ਲੈਣਾ ਤਾਂ ਜਿਹੜਾ ਆਪਣਾ ਉਹ ਲੜ ਮੋਟਾ ਹੋ ਜਾਵੇ ਅਤੇ ਲੜ ਨੂੰ ਇੱਕ ਵਾਰ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਅਤੇ ਸਾਫ ਕਰਕੇ ਚੰਗੀ ਤਰ੍ਹਾਂ ਅੱਧੇ ਗਲਟਾ ਕਲ ਕਰ ਲੈਣਾ ਅਤੇ ਜਿਹੜਾ ਆਪਾਂ ਲੜ ਨੂੰ ਬੈਗ ਤੋਂ ਪਿੰਚ ਕਰਕੇ ਉੱਥੇ ਲਿਆ ਕੇ ਲੜ ਨੂੰ ਉੱਤੇ ਲੈ ਜਾਣਾ ਹੈ ਅਤੇ ਲਿਆ ਕੇ ਉਹਦੇ ਵਿੱਚ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਪੱਥਲੇ ਖਿੱਚ ਲੈਣਾ, ਖਿੱਚ ਕੇ ਚੰਗੀ ਤਰ੍ਹਾਂ ਪੂਣੀ ਦਾ ਖੋਲ੍ਹਾ ਥੱਲੇ ਰੱਖਣਾ ਅਤੇ ਖੋਲ੍ਹਾ ਉਹਦੇ ਵਿੱਚ ਜਿਹੜੇ ਪਹਿਲੇ ਪੱਲੇ ਨੂੰ ਆਪਾਂ ਜ਼ਿਆਦਾ ਖੋਲ੍ਹ ਕੇ ਇੱਕ ਵਾਰ ਲੜ ਨੂੰ ਹੋਲਡ ਕਰ ਲੈਣਾ ਹੈ, ਹੋਲਡ ਕਰਕੇ ਉੱਤੋਂ ਦੱਬ ਲੈ ਕੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ, ਲੋਡ ਕਰਕੇ ਸਾਫ਼ ਕਰਕੇ ਲੜ ਨੂੰ ਟੋੜਾ ਕਰਕੇ ਇੱਕ ਵਾਰ ਫਿਰ ਫੋਲਡ ਕਰਕੇ ਲੜ ਨੂੰ ਮੋਟਾ ਕਰਕੇ ਲਗਾ ਲੈਣਾ ਹੈ। ਅਤੇ ਜਿਹੜੇ ਵੀ ਸਾਡੇ ਯੂਟਿਊਬ ਚੈਨਲ ਉੱਤੇ ਨਵੇਂ ਹਨ ਉਹ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਫੋਲੋ ਕਰੋ ਅਤੇ ਜਿਹੜਾ ਲੜ ਨੂੰ ਆਪਾਂ ਇੱਕ ਵਾਰ ਹੋਲਡ ਕਰਕੇ ਲੜ ਨੂੰ ਲਗਾ ਲੈਣਾ ਹੈ ਅਤੇ ਜਿਹੜਾ ਆਪਾਂ ਲੜ ਲਾਉਣਾ ਲੜ ਨੂੰ ਬੈਗ ਤੋਂ ਪਿੰਜ ਕਰ ਲੈਣਾ ਅਤੇ ਜਿਹੜਾ ਆਪਾਂ ਲੜ ਲਾਇਆ ਸੀ ਉਹਦੀ ਆਪਾਂ ਜਿਹੜੀ ਸਫਾਈ ਕਰ ਲੈਣੀ ਹੈ, ਸਫਾਈ ਕਰਕੇ ਚੰਗੀ ਤਰ੍ਹਾਂ ਲੋਡ ਕਰਕੇ ਅਤੇ ਜਿੰਨਾ ਤੁਸੀਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਜਿਹੜਾ ਉਹਦਾ ਫਾਸਲਾ ਰੱਖ ਕੇ ਲੜ ਨੂੰ ਉੱਤੇ ਲਿਆ ਕੇ ਜਿਹੜਾ ਆਪਾਂ ਲੈਣਾ ਲੜ ਨੂੰ ਉੱਤੇ ਲੈਣਾ ਹੈ ਉੱਤੇ ਲਿਆ ਕੇ ਚੰਗੀ ਤਰ੍ਹਾਂ ਇੱਕ ਵਾਰ ਖੋਲ੍ਹ ਕੇ ਲੜ ਨੂੰ ਇੱਕ ਵਾਰ ਖੋਲ੍ਹ ਕੇ ਚੰਗੀ ਤਰ੍ਹਾਂ ਇੱਕ ਵਾਰ ਫਿਰ ਫੋਲਡ ਕਰਕੇ ਲੜ ਨੂੰ ਡਬਲ ਫੋਲਡ ਕਰਕੇ ਲੜ ਨੂੰ ਉੱਤੋਂ ਦੱਬ ਕੇ ਜਿਹੜਾ ਆਪਾਂ ਲੜ ਨੂੰ ਲਗਾਉਣਾ ਹੈ ਅਤੇ ਜਿਹੜਾ ਆਪਾਂ ਲੜ ਨੂੰ ਪੂਰੀ ਚੰਗੀ ਤਰ੍ਹਾਂ ਚੜਾਈ ਜਿਹੜਾ ਲੜ ਨੂੰ ਲਗਾਉਣਾ ਹੈ ਅਤੇ ਨੋਕ ਸੈੱਟ ਕਰਕੇ ਅਤੇ ਉੱਤੋਂ ਜਿਹੜਾ ਆਪਾਂ ਲੜ ਉਹ ਵੀ ਲੋਡ ਕਰਕੇ ਚੰਗੀ ਤਰ੍ਹਾਂ ਉਹਦਾ ਫਾਰਮ ਜਿਹੜਾ ਆਪਾਂ ਲੋਡ ਕਰਕੇ ਚੰਗੀ ਤਰ੍ਹਾਂ ਲੜ ਨੂੰ ਪ੍ਰੈਸ ਕਰਕੇ ਨਾਲ ਦੀ ਨਾਲ ਜਿਹੜਾ ਆਪਾਂ ਲੜ ਦੀ ਸਫਾਈ ਕਰੀ ਜਾਣੀ ਆ ਅਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਅਤੇ ਜਿਹੜਾ ਆਪਾਂ ਲੈਣਾ ਲੜ ਨੂੰ ਬੈਗ ਤੋਂ ਜਿਹੜਾ ਪਿੰਚ ਕਰਨਾ ਹੈ ਅਤੇ ਲੜ ਨੂੰ ਬੈਗ ਤੋਂ ਦੱਬ ਕੇ ਉੱਤੇ ਲਿਆ ਕੇ ਲੜ ਨੂੰ ਪੂਣੀ ਉਹਦਾ ਆਪਾਂ ਥੱਲੇ ਰੱਖ ਲੈਣਾ ਅਤੇ ਉਹਦਾ ਜਿਹੜਾ ਆਪਾਂ ਫਾਰਮ ਲਓ ਉਹ ਸੈੱਟ ਕਰਕੇ ਲੜ ਨੂੰ ਚੰਗੀ ਤਰ੍ਹਾਂ ਇੱਕ ਵਾਰ ਫਿਰ ਫੋਲਡ ਕਰਕੇ ਲੜ ਨੂੰ ਡਬਲ ਫੋਲਡ ਕਰਕੇ ਲੜ ਨੂੰ ਲਗਾਉਣਾ ਹੈ ਉਸੇ ਤਰੀਕੇ ਜਿਹੜਾ ਆਪਾਂ ਲੜ ਉਹ ਲਗਾਉਣਾ ਹੈ ਅਤੇ ਇੱਕ ਵਾਰ ਫਿਰ ਫੋਲਡ ਕਰਕੇ ਫੋਲਡ ਕਰ ਲੈਣਾ ਲੜ ਨੂੰ ਫੋਲਡ ਕਰਕੇ ਜਿਹੜੇ ਉਸ ਵਿੱਚ ਵਲ ਹੋਣਗੇ ਉਹਨੂੰ ਇੱਕ ਵਾਰ ਫਿਰ ਫੋਲਡ ਕਰ ਇੱਕ ਵਾਰ ਖਿੱਚ ਲੈਣਾ, ਖਿੱਚ ਕੇ ਚੰਗੀ ਤਰ੍ਹਾਂ ਖਿੱਚ ਕੇ ਅਤੇ ਡਬਲ ਫੋਲਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਲੜ ਨੂੰ ਲਗਾ ਲੈਣਾ ਹੈ ਅਤੇ ਉਹਦਾ ਜਿਹੜਾ ਮਾਲ ਬਾਕੀ ਲੜਾਂ ਦੇ ਬਰਾਬਰ ਹੀ ਰੱਖਣਾ ਹੈ ਅਤੇ ਜਿਹੜਾ ਆਪਾਂ ਲਗਾਉਣਾ ਲੜ ਨੂੰ ਬੈਗ ਤੋਂ ਪੈਂਚ ਕਰਕੇ ਉੱਤੇ ਲਿਆ ਕੇ ਅਤੇ ਚੰਗੀ ਤਰ੍ਹਾਂ ਸਾਫ ਕਰਨਾ ਹੈ ਲੜ ਨੂੰ, ਜਿਹੜੇ ਆਪਾਂ ਲੜਨੇ ਉਹਨਾਂ ਦੀ ਜਿਹੜੀ ਚੰਗੀ ਤਰ੍ਹਾਂ ਆਪਾਂ ਸਫਾਈ ਕਰਨੀ ਹੈ ਅਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੀ ਆਪਣੀ ਸਫਾਈ ਕਰਨੀ ਹੈ ਅਤੇ ਜਿਹੜਾ ਬਲ ਲਗਾਉਣਾ ਲੜ ਨੂੰ ਬੈਗ ਤੋਂ ਪਿੰਜ ਕਰਕੇ ਉੱਤੇ ਲਿਆ ਕੇ ਪੂਣੀ ਦਾ ਖੋਲ੍ਹਦਾ ਥੱਲੇ ਰੱਖ ਲੈਣਾ ਅਤੇ ਬੰਦ ਪਾਸ ਉੱਤੇ ਰੱਖ ਕੇ ਚੰਗੀ ਤਰ੍ਹਾਂ ਲੜ ਨੂੰ ਅਤੇ ਥੱਲੇ ਲੜਾਂ ਦੀ ਸ਼ਟਿੰਗ ਕਰਕੇ ਲੜਾਂ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਜਿਹੜਾ ਪੋਤੇ ਲੜ ਨੂੰ ਲੈ ਆਉਣਾ, ਲੈ ਆ ਕੇ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰ ਖਿੱਚ ਕੇ ਜਿੱਥੇ ਕਿ ਜਦੋਂ ਡੋਂਗਾ ਪੈਂਦਾ ਹੁੰਦਾ ਜਿਹੜਾ ਆਪਣਾ ਦੂਜਾ ਪੱਲਾ ਹੁੰਦਾ ਉਹਨੂੰ ਆਪਾਂ ਨਾਲ ਦੇ ਫੋਲਡ ਨਾਲ ਜਿਹੜਾ ਭਰਾ ਕੇ ਲੜ ਨੂੰ ਕਰ ਫੋਲਡ ਕਰ ਲੈਣਾ ਹੈ, ਫੋਲਡ ਕਰਕੇ ਚੰਗੀ ਤਰ੍ਹਾਂ ਨੋਕ ਸੈੱਟ ਕਰਕੇ ਅਤੇ ਲੜ ਨੂੰ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ ਅਤੇ ਬਾਣ ਜਿਹੜੀ ਆਪਣੀ ਉਹਦੀ ਸਫਾਈ ਕਰਨੀ ਹੈ ਅਤੇ ਜਿਹੜੀ ਆਪਣੀ ਸ਼ੇਪ ਉਹ ਵੀ ਸੈੱਟ ਕਰਨੀ ਹੈ ਆਪਾਂ ਨੇ ਅਤੇ ਉੱਤਲੇ ਲੜਾਂ ਦੀ ਜਿਹੜੀ ਆਪਾਂ ਸੈਟਿੰਗ ਉਹ ਕਰਨੀ ਹੈ ਅਤੇ ਲੜ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਸ਼ੇਪ ਸੈੱਟ ਕਰਕੇ ਲੜ ਨੂੰ ਲਗਾਉਣਾ ਹੈ ਅਤੇ ਜਿਹੜਾ ਪਗੜ ਲਾਉਣਾ ਲੜ ਨੂੰ ਬੈਗ ਤੋਂ ਪਿੰਚ ਕਰਕੇ ਉੱਤੇ ਲਿਆ ਕੇ ਅਤੇ ਆਪਣੀ ਜਿਹੜੀ ਨੋਕ ਉਹ ਸੈੱਟ ਕਰ ਲੈਣੀ ਹੈ ਅਤੇ ਲੜ ਨੂੰ ਲੋਡ ਕਰਕੇ ਆਪਾਂ ਬੈਗ ਤੋਂ ਪਿੰਚ ਕਰਨਾ ਹੈ, ਪਿੰਚ ਕਰਕੇ ਉੱਤੇ ਲਿਆ ਕੇ ਜਿਹੜੀ ਆਪਣੀ ਪਕੜੀ ਉਹ ਸੈਟਿੰਗ ਕਰਨੀ ਹੈ ਬਾਕੀ ਅਤੇ ਜਿਹੜਾ ਆਪਾਂ ਲਾਉਣਾ ਲੜ ਨੂੰ ਬੈਗ ਤੋਂ ਪਿੰਚ ਕਰਕੇ ਉੱਤੇ ਲਿਆ ਕੇ
ਤੇ ਇੱਕ ਵਾਰ ਹੋਲ ਕਰਕੇ ਲੜ ਲੂੰ। ਜਿਹੜੀ ਆਪਣੀ ਪੱਕ ਥੋੜ੍ਹੀ ਫਲਾਵਟ ਜੀ ਆਵੇ ਤਾਂ ਆਪਾਂ ਜਿਹੜਾ ਥੱਲੇ ਬੇਸ ਬੰਨਿਆ ਹੈ ਅਤੇ ਲੜ ਨੂੰ ਇੱਕ ਵਾਰ ਫੋਲ ਕਰਕੇ ਤੋਂ ਚੰਗੀ ਤਰ੍ਹਾਂ ਲੋੜ ਕਰ ਲੈਣਾ ਹੈ ਅਤੇ ਜਿਹੜਾ ਆਪਾਂ ਲੜਾ ਹੈ ਨਕਲੀ ਸਰੀਰ 'ਚ ਮੋੜਨਾ ਹੈ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ, ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਜਿਹੜਾ ਆਪਾਂ ਲੜ ਨੂੰ ਨਕਲੀ ਸਰੀਰ ਵਿੱਚ ਫੋਲ ਕਰਕੇ ਅਤੇ ਲੜ ਨੂੰ ਥੋੜ੍ਹਾ ਜਿਹਾ ਆਪਾਂ ਫੇਰ ਫੋਲ ਕਰਨਾ ਹੈ ਤਾਂ ਜਿਹੜਾ ਆਪਣਾ ਲੜਾ ਉਹ ਮੋਟਾ ਹੋਏ ਅਤੇ ਲੜ ਨੂੰ ਸੇਫ ਸੈੱਟ ਕਰਕੇ ਲੜ ਨੂੰ ਲਗਾ ਦੇਣਾ ਹੈ। ਅਤੇ ਮਾਨ ਬਾਅਦ ਨਾਲ ਜਿਹੜੀ ਆਪਾਂ ਜੀ ਬਾਕੀ ਪੱਗ ਦੀ ਸੈਟਿੰਗ ਕਰਨੀ ਹੈ। ਅਤੇ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਅਤੇ ਜਿੱਥੇ ਕਿਤੇ ਬਾਲ ਆ ਜਾਂਦੇ ਨੇ ਉੱਥੇ ਆਪਾਂ ਜਿਹੜੇ ਬਾਲ ਨਾਲ ਆਪਣੇ ਬਾਲ ਨੇ ਜਿਹੜੇ ਉਹ ਕੱਢ ਲੈਣੇ ਹਨ। ਅਤੇ ਜਿਹੜਾ ਪਸੇ ਵਾਲਾ ਡੱਲਾ ਸੀ ਉਹਦੇ ਵਿੱਚ ਆਪਾਂ ਜਿਹੜਾ ਬਾਜ ਵੇਚਣਾ ਹੈ ਅਤੇ ਬਾਕੀ ਲੜਾਂ ਦੇ ਬਾਗੂ ਜਿਹੜਾ ਆਪਾਂ ਉਹਦਾ ਫਾਸਲਾ ਜਿਹੜਾ ਉਹ ਵੀ ਇੱਕੋ ਜਿਹਾ ਰੱਖਣਾ ਹੈ ਅਤੇ ਉੱਥੋਂ ਲੜਾਂ ਦਾ ਵੀ ਜਿਹੜਾ ਆਪਾਂ ਫਾਸਲਾ ਉਹ ਵੀ ਇੱਕੋ ਜਿਹਾ ਰੱਖਣਾ ਹੈ। ਅਤੇ ਚੰਗੀ ਤਰ੍ਹਾਂ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਅਤੇ ਤਲੇ ਲੜਾਂ ਦੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਤੁਸੀਂ ਤਲੇ ਲੜਾਂ ਦੀ ਸੈਟਿੰਗ ਕਰ ਲਈ ਦੋ ਸ਼ੀਸ਼ਾ ਜਿਹੜਾ ਵਰਤ ਸਕਦੇ ਹੋ ਆਪਣਾ। ਅਤੇ ਬਾਕੀ ਪੱਗ ਦੀ ਸੈਟਿੰਗ ਕਰਕੇ ਜਿਹੜਾ ਆਪਾਂ ਪੱਗ ਬੰਨ ਲਾਉਣਾ ਹੈ ਜਿਹੜਾ ਨੱਕ ਦੀ ਹੀਲ ਵਿੱਚ ਲਾਉਣਾ ਹੈ। ਅਤੇ ਨੱਕ ਦੀ ਹੀਲ ਵਿੱਚ ਆਪਾਂ ਜਿਹੜਾ ਪੱਗ ਬੰਨ ਲਾਉਣਾ ਹੈ ਅਤੇ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਅਤੇ ਜਿੱਥੇ ਕਿਤੇ ਆਪਣੀ ਸ਼ੇਪ ਥੋੜ੍ਹੀ ਗਿਰਾਵਟ ਆਉਂਦੀ ਹੈ ਤਾਂ ਆਪਾਂ ਉਸਨੂੰ ਵੀ ਜਿਹੜਾ ਲੋਟ ਕਰਨਾ ਹੈ। ਅਤੇ ਜਿਹੜਾ ਆਪਾਂ ਕਲਗੀ ਲੜ ਲੈਣਾ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰ ਲੈਣਾ ਅਤੇ ਬੈਕ ਤੋਂ ਲੜਨ ਨੂੰ ਚੜਾਈ ਚੋਲੇ ਆ ਕੇ ਮੂਹਰੇ ਲੈ ਕੇ ਜਿਹੜੀ ਆਪਾਂ ਉਹਦੀ ਚੜਾਈ ਘਟਾ ਲੈਣੀ ਆ। ਜਿਵੇਂ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉੰਨੀ ਰੱਖ ਕੇ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲੜਨ ਨੂੰ ਲਗਾਉਣਾ ਹੈ ਅਤੇ ਲੜਨ ਨੂੰ ਸਾਫ਼ ਕਰ ਲੈਣਾ। ਸਾਫ਼ ਕਰਕੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਕੱਢ ਲੈਣਾ ਹੈ। ਬੰਨ ਜਿਹੜੇ ਆਪਣੇ ਉਹ ਉੱਤਲੇ ਵਾਲ ਨਹੀਂ ਕੱਢਣੇ ਹਨ ਅਤੇ ਅੱਖ ਤੋਂ ਆਪਾਂ ਜਿਹੜਾ ਚੰਗੀ ਤਰ੍ਹਾਂ ਲੜਨ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਲੜਨ ਨੂੰ ਪੱਗ ਪੈਂਦੇ ਥੱਲੇ ਰੱਖਣਾ ਅਤੇ ਉਸਨੂੰ ਮੂਹਰੇ ਵਾਲ ਨੂੰ ਮੋੜ ਕੇ ਉਹਦੇ ਵਿੱਚ ਜਿਹੜੇ ਵਾਲ ਪੈਂਦੇ ਹੋਣਗੇ ਉਹਨਾਂ ਨੂੰ ਆਪਾਂ ਲੋਡ ਕਰਕੇ ਲੜਨ ਨੂੰ ਲਗਾ ਦੇਣਾ ਹੈ। ਅਤੇ ਬਾਕੀ ਪੱਗ ਦੀ ਸੈਟਿੰਗ ਆਉਂਦੀ ਹੈ ਅਤੇ ਜੇ ਕਿਤੇ ਸ਼ੇਪ 'ਚ ਗਿਰਾਵਟ ਆਉਂਦੀ ਹੈ ਤਾਂ ਆਪਾਂ ਜਿਹੜੀ ਉੱਥੇ ਲੜਨ ਨੂੰ ਜੇ ਕਿਤੇ ਲੜ 'ਚ ਵਾਲ ਘੱਟ ਰਹਿੰਦੇ ਆ ਅਤੇ ਆਪਾਂ ਉੱਥੋਂ ਵੀ ਜਿਹੜੇ ਆਪਣੇ ਬਾਲ ਨੇ ਉਹ ਕੱਢ ਲੈਣੇ ਹਨ। ਅਤੇ ਜਿਹੜਾ ਆਪਾਂ ਸਟਕਣਾ ਉਹ ਜਿਹੜਾ ਆਪਾਂ ਬਲਡ ਲਾਈ ਸੀ ਉਹਨੂੰ ਆਪਾਂ ਬੈਕ ਤੋਂ ਖਿੱਚ ਲੈਣਾ ਅਤੇ ਚੰਗੀ ਤਰ੍ਹਾਂ ਲੜਨ ਨੂੰ ਫੈਲਾ ਲੈਣਾ, ਫੈਲਾ ਕੇ ਲੜਨ ਨੂੰ ਅਤੇ ਚਾਰੇ ਪਾਸੇ ਬਲਡ ਸਿਰ ਕਵਰ ਕਰ ਲੈਣਾ ਹੈ ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਟੈਕ ਕਵਰ ਕਰਨਾ ਹੈ ਅਤੇ ਲੜਨ ਨੂੰ ਇੱਦਾਂ ਸੱਜੇ ਅੱਧੇ ਕਵਰ ਹੋਲਡ ਕਰਕੇ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ। ਅਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।